ਸੋਏ ਗਾਇਜ਼ ਕੀ ਹਾਲ ਚੱਲ ਸਭ ਫੁੱਲੀ ਸਾਰੇ ਵਧੀਆ ਹੋਵੋਗੇ ਅੱਜ ਮੈਂ ਲੈ ਕੇ ਆਇਆ ਜੀ ਇੱਕ ਐਸਾ ਚੁੱਬਰ ਜਿਹੜਾ ਕਿ ਐਕਚੁਅਲ ਚ ਦੇਸੀ ਹਿਪ ਹੌਪ ਕਰ ਰਿਹਾ ਠੀਕ ਹੈ ਤੁਸੀਂ ਧਿਆਨ ਨਾਲ ਉਹਦੀ ਬੀਟਾਂ ਸੁਣੋ ਉਹਦੀ ਵਾਈਬ ਸੁਣੋ ਤਾਂ ਰੈਪ ਸੁਣੋ ਠੀਕ ਹੈ ਹਿਪ ਹੌਪ ਕਲਚਰ ਕਾਫੀ ਹੱਦ ਤੱਕ ਇੱਕ ਇੰਗਲਿਸ਼ ਕਲਚਰ ਆ ਜਿਹੜਾ ਕਿ ਹੁਣ ਹਿੰਦੀ ਚ ਜਾਂ ਪੰਜਾਬੀ ਚ ਆ ਰਿਹਾ ਠੀਕ ਹੈ ਬਟ ਹੀ ਇਸ ਰੈਪਿੰਗ ਸਮਥਿੰਗ ਡਿਫਰੈਂਟ ਹੀ ਇਸ ਹਿਸ 뮤זיਕ ਇਜ਼ ਸਮਥਿੰਗ ਡਿਫਰੈਂਟ ਉਹ ਬੰਦਾ ਖੁਦ ਹੀ ਕਰ ਰਿਹਾ ਸਾਰਾ ਕੁਝ ਤੇ ਵੀਡੀਓ ਵਗੈਰਾ ਚਲੋ ਹੋਰ ਲੋਕ ਬਣਾ ਰਹੇ ਨੇ ਉਹਦੀ ਐਡੀਟਿੰਗ ਵਗੈਰਾ ਠੀਕ ਹੇ ਗ੍ਰਿਗ ਸਿੰਘ ਆਜੋ ਅੱਗੇ ਜਾਓ ਤੇ ਸੋ ਵਸਟਾਗੇ ਜੀ ਵੈਲਕਮ ਟੂ ਕਲਾਸ ਪੰਜਾਬੀ ਤੇ ਅੰਗਰੇਜ਼ੀ ਇੱਥੇ ਹੋਇਆ ਇੱਕ ਕੋਲਾਬ ਜ਼ਮਾਨਾ ਹੈ ਗਾਜਲੀ ਸਾਰੇ ਕਰ ਦੇ ਨੇ ਕੈਪ ਇਹ ਦੇਜੇ ਤੁਸੀਂ ਦੇਖ ਸਕਦਾ ਸਭ ਤੋਂ ਪਹਿਲਾਂ ਤਾਂ ਪਤੰਦਰ ਦੀ ਜੈਕਟ ਅਕੀਲ ਕੇ ਰੱਖ ਦਿੰਦੀ ਆ ਠੀਕ ਹੈ ਉਸ ਤੋਂ ਬਾਅਦ ਗਾਣੇ ਦੀ ਜੋ ਮੈਲਡੀ ਆ ਉਹ ਇੱਕ ਮੈਂਡਲਿਨ ਦੇ ਸਿਰ ਤੇ ਚੱਲ ਰਹੀ ਆ ਇੱਕ ਹਿਪ ਹੌਪ ਟਰੈਕ ਚ ਦਿਸ ਇਨਸਟਰੂਮੈਂਟਸ ਫਿਊਜ਼ਨਸ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਕਾਈਂਡ ਆਫ ਬੀਟਸ ਜਾਂ ਸਿੰਥ ਵੇਵਸ ਜਾਂ ਇਹ ਸਭ ਕੋ ਦੇਖਣ ਨੂੰ ਮਿਲਦਾ ਬਟ ਮੈਂਡੋਲੀ ਨੇ ਸਿਰ ਤੇ ਸਾਰਾ ਗਾਣਾ ਚੱਲ ਰਿਹਾ ਹੈ ਤੇ ਕੰਪਲੀਟ ਜੋ ਮੈਲੋਡੀ ਹੈ ਉਸੇ ਤਰੀਕੇ ਦੇ ਲਿਰਿਕਸ ਨੇ ਉੱਤੇ ਉੱਪਰ ਜਾ ਰਿਹਾ ਥੱਲੇ ਆ ਰਿਹਾ ਸਲੋ ਹੋ ਰਿਹਾ ਫਾਸਟ ਹੋ ਰਿਹਾ ਸਾਰਾ ਕੁਝ ਅਕੋਰਡਿੰਗ ਟੂ ਮੈਲੋਡੀ ਇਹ ਬਹੁਤ ਗੱਲ ਸਾਨੂੰ ਦੇਖਣ ਨੂੰ ਮਿਲਦਾ ਤਾਂ ਜਰੂਰ ਸਾਰਿਆਂ ਨੇ ਚੈੱਕ ਕਰਨਾ ਵੈਲਕਮ ਟੂ ਕਲਾਸ ਇਹ ਕੋਈ EP ਨਹੀਂ ਹੈ ਕੋਈ ਕੁਛ ਨਹੀਂ ਹੈ ਬਾਈ ਦੇ ਚਾਰ ਹੀ ਗੀਤ ਆਇਆ ਤਾਂ ਚਾਰਾ ਗੀਤਾਂ ਬਾਰੇ ਅੱਪ ਗੱਲ ਕਰਾਂਗੇ ਕਿਉਂ ਕਿ ਕਿਉਂਕਿ ਹੀ ਨੀਡਸ ਟੂ ਬੀ ਨੋਨ ਇਹ ਬੰਦਾ ਅੰਡਰਰੇਟਡ ਹੈ ਇਹਦਾ ਜੋ ਕੰਮ ਕਰ ਰਿਹਾ ਉਹ ਬਹੁਤ ਡਿਫਰੈਂਟ ਤੇ ਬਹੁਤ ਕਲਾਸ ਹੈ ਸੀਰੀਅਸਲੀ ਮਤਲਬ ਬੰਦਾ ਨਾ ਪਹਿਲੀ ਵਾਰ ਚੀ ਇਦਾਂ ਫੀਲ ਕਰਦਾ ਯਾਰ ਇਹ ਕੁਝ ਐਸੀ ਚੀਜ਼ ਹੈ ਜਿਹੜੀ ਸੁਣਨੀ ਚਾਹੀਦੀ ਹੈ ਠੀਕ ਹੈ ਹਾਂ ਉਹ ਇੰਗਲਿਸ਼ ਚ ਵੀ ਰੈਪ ਕਰਦਾ ਹੈ ਹਾਂ ਉਹ ਪੰਜਾਬੀ ਵੀ ਵਿੱਚ ਮਿਕਸ ਕਰਦਾ ਹੈ ਠੀਕ ਹੈ ਕਾਈਂਡ ਆਫ ਫਿਊਜ਼ਨ ਆਰਟਿਸਟ ਆ ਬੰਦਾ ਹਨਾ ਬਹੁਤ ਜ਼ਿਆਦਾ ਘੈਂਟ ਤਰੀਕੇ ਨਾਲ ਤੇ ਐਕਚੁਅਲ ਚ ਦੇਸੀ ਹਿਪ ਹੌਪ ਅੱਗੇ ਚੱਲਦੇ ਹਾਂ ਦੂਜੇ ਨੰਬਰ ਤੇ ਮਾਈ ਟਰਨ ਮੇਰੀ ਵਾਰੀ ਮੇਰੀ ਵਾਰੀ ਆਉਣੀ ਆ ਇਹ ਟਰੈਕ ਹੈਗਾ ਜੀ ਕਾਈਂਡ ਆਫ ਮੋਟੀਵੇਸ਼ਨਲ ਟਰੈਕ ਆ ਓਵਰঅল ਟਰੈਕ ਦੀ ਥੋੜੀ ਪਿੰਕੀਸ ਦੀ ਵੀਡੀਓ ਬਣਾਈ ਹੋਈ ਹੈ ਜਿਵੇਂ ਪ੍ਰੋਫਸੀ ਦੀ ਨਹੀਂ ਕਿ ਗਾਣਾ ਆਇਆ ਸੀਗਾ ਪ੍ਰੋਫਸੀ ਨਹੀਂ ਯਾਰ ਪ੍ਰੋਫੈਸੀ ਦਾ ਵੀ ਸ਼ਾਇਦ ਐਸਾ ਰਸ ਦਾ ਵੀ ਗਾਣਾ ਸੀਗਾ ਇੱਕ ਉਦੋਂ ਚ ਵੀ ਇੰਗਲਿਸ਼ ਵੌਇਸ ਦਿੱਤੇ ਹੋਏ ਬਾਈ ਨੇ ਬਾਕੀ ਮਰਡਰਰ ਨਰ ਟਾਈਪ ਜਿਹੜੀ ਗੱਡੀਆਂ ਹੁੰਦੀਆਂ ਨੇ ਮਿੱਟੀ ਚੱਲਣ ਵਾਲੀਆਂ ਖਾਸੇ ਘੈਂਟ ਘੈਂਟੀਆਂ ਉਹ ਵੀ ਬਾਈ ਨੇ ਖੜਾਈ ਹੋਈ ਹੈ ਓਵਰ ਆਲ ਬਾਈ ਦੀ ਟੀਮ ਨਾਲ ਉਹਦੇ ਯਾਰ ਦੋਸਤ ਹੈ ਕਾਫੀ ਹੱਦ ਤੱਕ ਮੈਨੂੰ ਐਦਾਂ ਫੀਲ ਹੁੰਦਾ ਜਿਹੜੀ ਟੀਮ ਦੇ ਵਿੱਚ ਆਉਂਦੇ ਆ ਸਾਰੇ ਵੀਡੀਓ ਚ ਵੀ ਆਉਂਦੇ ਜਿਹੜੇ ਉਹ ਟੀਮ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਯਾਰ ਤੁਹਾਨੂੰ ਬੈਕ ਕਰਦੇ ਨੇ ਠੀਕ ਹੈ ਤੁਹਾਡੇ ਫਰੈਂਡ ਤੁਹਾਡੀਆਂ ਸਹੇਲੀਆਂ ਹਸਾਬ ਤਾ ਥੋੜਾ ਓਵਰ ਆਲ ਜਿਹੜਾ ਫਰੈਂਡ ਸਰਕਲ ਆ ਉਹ ਜੋ ਫਿਰ ਹੋਰ ਕੰਨ ਲੱਗਦਾ ਠੀਕ ਸਾਰੀ ਚੀਜ਼ ਤੇ ਇੱਕ ਮੋਟੀਵੇਸ਼ਨਲ ਟਰੈਕ ਆ ਕਹਿੰਦਾ ਮੇਰੀ ਵਾਰ ਹੀ ਆ ਹਾਂ ਮਤਲਬ ਐਦਾਂ ਕਰਕੇ ਚੀਜ਼ਾਂ ਸਾਰੀ ਤੇ ਬਾਕੀ ਨਾ ਇਸ ਟਰੈਕ ਦੇ ਵਿੱਚ ਕੀਜ਼ ਦਾ ਵਰਕ ਹੈ ਇਸ ਟਰੈਕ ਚ ਕੁਝ ਹੋਰ ਮੈਂਡਰਲਾਈਨੀਆਂ ਸਤਾਰੀਆਂ ਕੁਝ ਨਹੀਂ ਚੱਲ ਰਿਹਾ ਇੱਥੇ ਕੀਜ਼ ਦਾ ਵਰਕ ਹੈ ਤੇ ਥੋੜੀ ਜੀ ਬੀਟ ਨਾਲ ਜਿਵੇਂ ਡਾਕਟਰ ਡਰੇ ਟੱਚ ਹੁੰਦਾ ਨਾ ਕੀਜ਼ ਉਦਾਂ ਦੀਆਂ ਕੀਜ਼ ਚੱਲ ਰਹੀਆਂ ਜਿਵੇਂ ਚੱਲਦੇ ਹੁੰਦੇ ਨੇ ਉਸ ਤਰੀਕੇ ਦਾ ਥੋੜਾ ਟੱਚ ਹੈਗਾ ਵਿੱਚ ਤੇ ਕੰਨ ਲੱਗਦਾ ਚੈੱਕ ਆਊਟ ਜਰੂਰ ਕਰਿਓ ਕੁਝ ਤੁਹਾਨੂੰ ਸਿੱਖ ਕੇ ਜਾਓਗੇ ਕੁਝ ਪੱਕੀ ਚਾਲਾਂ ਕੋਈ ਡਿਫਰੈਂਟ ਕਰਕੇ ਜਾਓਗੇ ਅੱਗੇ ਚੱਲਦੇ ਹਾਂ ਤੀਜੇ ਨੰਬਰ ਤੇ ਤੀਜਾ ਗਾਣਾ ਹੈਗਾ ਟ੍ਰਿਕ ਸਿੰਘ ਫਲੋ ਇਟਸ ਮੀ ਇਟਸ ਮੀ ਇਟਸ ਮੀ ਦਾ ਫੱਕਰ ਵਿਦ ਦਾ ਫਲੋ ਵਨ ਆਮ ਬੈਕ ਵਿਦ ਦਾ ਵੈਂਜਿੰਗ ਸੌਰੀ ਆਈ ਡੋਨਟ ਪੈਨ ਦਾ ਗੋ ਇਸ ਗਾਣੇ ਚ ਕੀ ਹੈ ਬਾਈ ਨੇ ਆਪਣਾ ਫਲੋ ਦੱਸਿਆ ਕਿ ਮੇਰਾ ਫਲੋ ਕੀ ਹੈ ਠੀਕ ਹੈ ਜਿਵੇਂ ਸਿਕੰਦਰ ਗੱਲ ਹੋ ਰਹੀ ਹਰ ਸਾਲ ਆਪਣਾ ਇੱਕ ਫਲੋ ਕੱਢਦਾ 2022 ਫਲੋ 2023 ਫਲੋ ਹੈ ਜਿਵੇਂ ਹੁਣ ਸੋ ਉਦੋਂ ਬਾਈ ਨੇ ਟ੍ਰਿਕ ਸਿੰਘ ਫਲੋ ਕੰਡਿਆ ਉਹ ਟਰੈਕ ਸੀ ਸੀਗਾ ਬਾਈ ਦਾ ਇੱਕ ਦਾ ਟਰੈਕ ਬਹੁਤ ਫਾਸਟ ਹੈ ਬਹੁਤ ਫਾਸਟ ਪੇਸਡ ਹੈ ਠੀਕ ਹੈ ਮੈਨੂੰ ਬਹੁਤ ਮਜ਼ਾ ਆਇਆ ਸੁਣ ਕੇ ਇੰਗਲਿਸ਼ ਪੰਜਾਬੀ ਹਿੰਦੀ ਸਭ ਕੁਝ ਬਾਈ ਯੂਜ਼ ਕਰਦਾ ਹੈ ਆਪਣੇ ਅਕੋਰਡਿੰਗ ਟੂ ਦਾ ਵਾਈਬ ਅਕੋਰਡਿੰਗ ਟੂ ਦਾ ਲਾਈਨ ਸਮਝਾਉਣੀ ਜਿਵੇਂ ਉਸ ਤਰੀਕੇ ਨਾਲ ਬਾਈ ਵਾਈਬ ਵਾਈਬ ਕਰਦਾ ਤੇ ਨਾ ਇਸ ਗਾਣੇ ਦੀ ਵੀਡੀਓ ਨਾ ਉਦਾਂ ਦੀ ਸੀ ਜਿਵੇਂ ਨਾ ਔਨ ਟੌਪ ਗਾਣੇ ਦੀ ਹੈ ਨਾ ਕਿ ਸਕੁਅਰ ਬੇਸਡ ਟੂ 1 ਬਾਈ 1 ਜਿਹੜਾ ਹੁੰਦਾ ਉਦਾਂ ਦੀ ਵੀਡੀਓ ਸੀਗੀ ਤੇ ਬੜੀ ਘੈਂਟ ਲੱਗਿਆ ਮੈਨੂੰ ਸਿਰੀਅਸਲੀ ਮੈਨੂੰ ਕੰਮ ਤੇ ਉਹੀ ਫੇਰ ਕੰਪਲੀਟ ਉਹੀ ਟੀਮ ਯਾਰੀ ਦੋਸਤੀ ਵਾਲੀ ਸਾਰੀ ਠੀਕ ਹੈ ਤੇ ਇਟ ਇਟ ਨੇ ਬਾਈ ਨੇ ਇੱਕ ਦਾ ਮੇਨ ਜਿਹੜਾ ਫਲੋ ਦੀ ਤੇ ਆਪਣੀ ਗੱਲ ਕੀਤੀ ਆ ਠੀਕ ਹੈ ਟਰੈਕ ਦੇ ਵਿੱਚ ਤੁਸੀਂ ਜਰੂਰ ਇਸ ਨੂੰ ਚੈੱਕ ਕਰੋਗੇ ਜੋ ਤੁਹਾਨੂੰ ਪਤਾ ਲੱਗੂਗਾ ਕਿ ਹਾਂ ਇਹ ਸਿਰਫ ਆਪਣੀ ਨਹੀਂ ਇੱਕ ਆਵਾਮ ਦੀ ਵੀ ਗੱਲ ਕਰ ਰਿਹਾ ਇਹ ਬੰਦਾ ਠੀਕ ਹੈ ਉਸ ਤੋਂ ਬਾਅਦ ਇਹਦਾ 뮤직 ਤਾਂ ਡਿਫਰੈਂਟ ਆ ਯਾਰ ਬੰਦਾ ਕੁਝ ਕੁਝ ਸੈਕਸੀ ਕਰ ਰਿਹਾ ਕੁਝ ਡਿਫਰੈਂਟ ਕਰ ਰਿਹਾ ਸਾਰਾ ਕੁਝ ਤੇ ਨਾ ਇਸ ਗਾਣੇ ਦੀ ਜੋ ਸਭ ਤੋਂ ਵੱਡੀ ਖਾਸੀਅਤ ਆ ਜਿਹੜਾ ਤੁਹਾਨੂੰ ਬੰਨ ਕੇ ਰੱਖੂਗੀ ਉਹ ਹੈਗੀ ਜੀ ਇਸ ਗਾਣੇ ਦੀ high hats ਦਾ ਪੈਟਰਨ ਜਿਹੜੇ high hats ਚੱਲਦੇ ਨੇ ਟਿਕ 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 ਉੱਪਰ ਜੋ ਕਿ ਕਿੱਕ ਚੱਲ ਰਹੀ ਹੈ ਟਕ ਟਕ ਟਿਸ਼ ਕਲਾਪ ਥਲਿਕ ਬੀਟ ਚੱਲ ਰਹੀ ਹੁੰਦੀ ਹੈ ਨਾ high hats ਹੁੰਦਾ ਟਕ ਟਕ ਟਿਕ ਉਹਨੂੰ ਤੇ ਉਹ ਚੀਜ਼ ਦਾ ਪੈਟਰਨ ਬਹੁਤ ਕੈਂਟਾ ਬਹੁਤ ਕਾ ਸੀਰੀਅਸਲੀ ਲਵਡ ਇਟ ਤੇ ਬਹੁਤ ਮਹਿਤ ਕਰਦਾ ਵਈ ਸੱਚੀ ਗੱਲ ਹੈ ਇਹ ਮੰਨਣ ਵਾਲੀ ਗੱਲ ਹੈ ਅੱਗੇ ਚੱਲਦੇ ਹਾਂ ਜੀ ਫੋਰਥ ਟਰੈਕ ਦੇਸ਼ ਦੀ ਆਵਾਜ਼ ਬੜੇ ਉਹ ਦੇਖਿਮਾਣਾ ਹੁਣ ਵੇਖਦਾ ਸਹੀ ਹੁਣੇ ਲੇਟੈਸਟ ਟਰੈਕ ਆਇਆ ਦੋ ਕੁ ਦਿਨ ਪਹਿਲਾਂ ਗਾਣਾ ਆਇਆ ਬਾਈ ਦਾ ਇਸ ਗਾਣੇ ਤੁਸੀਂ ਦੇਖੋਗੇ ਬਾਈ ਸਟੇਜ ਲਾ ਕੇ ਬੈਠਾ ਠੀਕ ਹੈ ਫਿਸ਼ ਆ ਐਂਗਲ ਲੈਂਸ ਲੱਗਿਆ ਹੋਇਆ ਆਲੇ ਦੁਆਲੇ ਬੱਚੇ ਵਗੈਰਾ ਖੜੇ ਨੇ ਸਭ ਇੰਜੋਏ ਕਰ ਰਹੇ ਰੀਪੀਟ ਕਰ ਰਹੇ ਅੱਗੇ ਇੱਕ ਅਪਰ ਕਲਾਸ ਜੋ ਇੱਕ ਰਿਚ ਕਲਾਸ ਆ ਜਿਹਾ ਸਭ ਕੁਝ ਹੈ ਜਿਹੜੇ ਕੋਟ ਪੈਂਟ ਪਾ ਕੇ ਰੱਖਦੇ ਸਾਰੇ ਕੁਝ ਠੀਕ ਹੈ ਤੇ ਕੋਈ ਵੀ ਹੋ ਸਕਦਾ ਹੈ ਠੀਕ ਹੈ ਰਿਚ ਕਲਾਸ ਇਨ ਦਾ ਸੈਂਸ ਸਿਰਫ ਉਹ ਨਹੀਂ ਕਿ ਕੋਈ ਡਿਪਲੋਮੈਟਸ ਹੋ ਸਕਦੇ ਆ ਕੋਈ ਤਗੜੀ ਆਫੀਸ ਆਫੀਸਰ ਰੈਂਕ ਤੇ ਬੈਠੇ ਲੋਕ ਹੋ ਸਕਦੇ ਆ ਸਾਰੇ ਠੀਕ ਉਸ ਤਰੀਕੇ ਦੇ ਬੰਦੇ ਨੇ ਦਿਖਾਇਆ ਉੱਥੇ ਉਹ ਵੀ ਉਹਦੀ ਬੀਟ ਤੇ ਵਾਈਬ ਕਰ ਰਿਹਾ ਪੈਰ ਹਿਲ ਰਿਹਾ ਠੀਕ ਹੈ ਉਹ ਜੀ ਬੜੀ ਕਹਿਣ ਲੱਗੀ ਇਹਦੇ ਚ ਸਤਾਰ ਬਹੁਤ ਸੋਹਣਾ ਯੂਜ਼ ਹੋਇਆ ਯਾਰ ਗਾਣੇ ਉਹਦਾ ਨਾ ਦੇਸ਼ ਦੀ ਆਵਾਜ਼ ਵੀਰੇ ਦੇਸ਼ ਦੀ ਆਵਾਜ਼ ਠੀਕ ਹੈ ਉਹ 2 بیسੀ ਵੌਇਸ ਹਨਾ ਬੰਦੇ ਦੇ ਯਾਰ ਓਵਰঅল ਪਹਿਲੇ ਟਰੈਕ ਤੋਂ ਲੈ ਕੇ ਚੌਥੇ ਟਰੈਕ ਤੱਕ ਇੱਕ ਚੀਜ਼ ਜੋ ਕਾਮਨ ਰਹੀ ਹੈ ਉਹ ਹੈ ਬਾਈ ਦੀ ਬੇਸੀ ਵੌਇਸ ਠੀਕ ਹੈ ਬਾਈ ਡਬਲ ਡਬਲ ਟ੍ਰਿਪਲ ਟ੍ਰਿਪਲ ਵੋਕਲਸ ਵੀ ਰੱਖਦੇ ਗਏ ਥਾ ਮਤਲਬ ਕਿਉਂਕਿ ਵੌਇਸ ਬਹੁਤ ਹੈਵੀ ਬਾਈ ਰੱਖਣਾ ਚਾਹੁੰਦਾ ਆਪਣੀ ਉੱਚੀ ਨਹੀਂ ਗਾਉਂਦਾ ਬੜੇ ਤਰੀਕੇ ਨਾਲ ਇਹ ਦੇਸ਼ ਦੀ ਆਵਾਜ਼ ਮੇਰੇ ਦੇਸ਼ ਦੀ ਆਵਾਜ਼ ਸੋ ਇਹ ਸੀ ਜੇ ਤੁਹਾਨੂੰ ਇੱਕ ਨਵੇਂ ਆਰਟਿਸਟ ਨਾਲ ਮਿਲਾਇਆ ਜਰੂਰ ਸਾਰਿਆਂ ਨੇ ਜਾ ਕੇ ਚੈੱਕ ਕਰਨਾ ਟ੍ਰੈਕ ਸਿੰਘ ਸਤਿ ਸ਼੍ਰੀ ਅਕਾਲ